ਕੋਰੋਨਾ ਵਾਇਰਸ ਦਾ ਪੰਜਾਬ ਵਿੱਚ ਇੰਨਾ ਖੌਫ ਕਿ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਹੀ ਕੀਤਾ ਬੰਦ। ਅੱਗੇ ਸਰਕਾਰ ਨੇ ਹਦਾਇਤਾਂ ਕਰਦੇ ਹੋਏ ਬੱਸਾਂ ਅੱਜ ਰਾਤ ਤੋਂ ਬੰਦ ਹੋਣੀ। ਸਵਾਰੀ ਸਵੇਰ ਦੇ ਜੀ ਅਸੀਂ ਖੜ੍ਹੇ ਹਾਂ ਜਿਵੇਂ ਖੜ੍ਹੇ ਹਾਂਗੇ, ਜਿਹੜਾ ਰੋਜ਼ਾਨਾ ਦੇ ਕਮਾਈ ਕਰਨ ਵਾਲਾ ਬਹੁਤ ਪਰੇਸ਼ਾਨ ਹੈ ਇਸ ਘਰ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕੋਰੋਨਾ ਵਾਇਰਸ ਦੀ ਦਹਿਸ਼ਤ ਲੋਕਾਂ ਵਿੱਚ ਇੰਨੀ ਫੈਲ ਗਈ ਹੈ ਕਿ ਇਸ ਦੇ ਚੱਲਦਿਆਂ ਲੋਕਾਂ ਨੇ ਘਰਾਂ ਤੋਂ ਬਾਹਰ ਆਉਣਾ ਹੀ ਬੰਦ ਕਰ ਦਿੱਤਾ ਹੈ। ਹਰ ਵਿਅਕਤੀ ਇਸ ਬਿਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਤੋਂ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਬੱਸਾਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ, ਉਦੋਂ ਤੋਂ ਹੀ ਲੋਕਾਂ ਨੇ ਯਾਤਰਾ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਸਾਂ ਪੂਰੀ ਤਰ੍ਹਾਂ ਖਾਲੀ ਜਾ ਰਹੀਆਂ ਹਨ, ਨਹੀਂ ਨਹੀਂ ਸਾਰੇ ਰਿਕਸ਼ਾ ਚਾਲਕ ਵੀ ਦੁਖੀ ਹਨ, ਇਹਨਾਂ ਨੇ ਸਵੇਰ ਤੋਂ ਬੋਣੀ ਵੀ ਨਹੀਂ ਕੀਤੀ। ਬੱਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਰਕਾਰ ਨੇ ਵਧੀਆ ਢੰਗ ਨਾਲ ਲਿਆ ਹੈ ਜੋ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਏਗਾ। ਪਰ ਸਰਕਾਰ ਨੇ ਬੱਸਾਂ ਰੋਕਣ ਦਾ ਆਦੇਸ਼ ਜਾਰੀ ਕੀਤਾ ਹੈ ਜੋ 20 ਮਾਰਚ ਦੀ ਰਾਤ ਤੋਂ ਜਾਰੀ ਕੀਤਾ ਜਾਏਗਾ, ਪਰ ਲੋਕ ਅੱਜ ਸਵੇਰ ਤੋਂ ਹੀ ਯਾਤਰਾ ਨਹੀਂ ਕਰ ਰਹੇ। ਹਾਲਤ ਇਹ ਹੈ ਕਿ ਬੱਸਾਂ ਖਾਲੀ ਜਾ ਰਹੀਆਂ ਹਨ ਅਤੇ ਬੱਸਾਂ ਦੇ ਖਰਚੇ ਪੂਰੇ ਨਹੀਂ ਕੀਤੇ ਜਾ ਰਹੇ। ਹਰਚੇਤ ਸਿੰਘ ਆ ਜੀ, ਕੀ ਕਹਿਣਾ, ਜਿਹੜਾ ਕਿੰਨੀਆਂ ਕੁ ਸਵਾਰੀਆਂ ਪੈ ਰਹੀਆਂ ਹੁਣ, ਘੱਟ ਹੈ ਕਿ ਵੱਧ ਹੈ? ਸਵਾਰੀ ਬਹੁਤ ਘੱਟ ਆ ਜੀ, ਮਤਲਬ ਵਾਇਰਸ ਕਰਕੇ ਬਹੁਤ ਜ਼ਿਆਦਾ ਸਵਾਰੀ ਘੱਟ ਆ। ਲੋਕਾਂ ਨੂੰ ਬਚਾਅ ਕਰਨਾ ਚਾਹੀਦਾ ਆਪਾਂ ਆਪਣਾ। ਅੱਗੇ ਸਰਕਾਰ ਨੇ ਹਦਾਇਤਾਂ ਕਰਦੇ ਹੋਏ ਬੱਸਾਂ ਅੱਜ ਰਾਤ ਤੋਂ ਬੰਦ ਹੋਣੀਆਂ। ਹੁਣ ਸਵਾਰੀਆਂ ਕਿੰਨੀਆਂ? ਸਵਾਰੀ ਬਹੁਤ ਘੱਟ ਆ ਜੀ, ਗੱਡੀਆਂ ਬੱਸਾਂ ਖਾਲੀ ਆ ਬਿਲਕੁਲ ਸਾਰੀਆਂ। ਉਹਨਾਂ ਦਾ ਮੁਸ਼ਕਲ ਆ ਜੀ, ਕੰਮ ਬਹੁਤ ਜ਼ਿਆਦਾ ਉਹਨਾਂ ਨੇ, ਮਤਲਬ ਉਹੀ ਕਮਾਉਣਾ ਅਤੇ ਉਹੀ ਖਾਣਾ ਜੀ। ਜਿਹੜੇ ਬੰਦੇ ਛੋਟੇ ਵਰਗ ਆ, ਮਤਲਬ ਦਿਹਾੜੀਗਦਾਰ ਬੰਦੇ ਆ, ਉਹਨਾਂ ਨੂੰ ਬਹੁਤ ਮੁਸ਼ਕਲ ਆ ਜੀ ਕੰਮ, ਪਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਜੀ। ਕੁਲਦੀਪ ਸਿੰਘ ਜੀ, ਹਾਂਜੀ, ਕੀ ਕਹਿਣਾ, ਜਿਹੜਾ ਬੱਸਾਂ ਬੰਦ ਕਰ ਰਹੇ? ਇਹ ਕੋਰੋਨਾ ਵਾਇਰਸ ਕਰਕੇ ਬਿਮਾਰੀ ਬਹੁਤ ਖਤਰਨਾਕ ਹੈ ਜੀ, ਇਹਦੇ ਨਾਲ ਲੋਕ ਡਰੇ ਹੋਏ ਨਾ, ਸਹਿਮੇ ਹੋਏ ਆ, ਅਤੇ ਬੱਸਾਂ ਵੀ ਬਿਲਕੁਲ, ਸਵਾਰੀ ਬਹੁਤ ਘੱਟ ਹੈ, ਗੱਡੀਆਂ ਖਾਲੀ ਜਾ ਰਹੀਆਂ, ਸਾਡਾ ਜਿਹੜਾ ਖਰਚਾ ਉਹ ਪੂਰਾ ਨਹੀਂ ਹੁੰਦਾ, ਤੇਲ ਵਗੈਰਾ ਡੀਜ਼ਲ ਵਗੈਰਾ ਗੱਡੀਆਂ ਪੂਰਾ ਨਹੀਂ ਕਰਦੀਆਂ, ਸਾਨੂੰ ਵੀ ਬਹੁਤ ਪਰੇਸ਼ਾਨੀ ਹੈ। ਹਾਂਜੀ, ਇਹ ਕੱਲ੍ਹ ਤੋਂ ਅਸੀਂ ਅਖਬਾਰ ਪੜ੍ਹਿਆ, ਸਰਕਾਰ ਦਾ ਹੁਕਮ ਹੈ ਵੀ ਅੱਜ ਰਾਤ ਤੋਂ 12 ਵਜੇ ਤੋਂ ਬਾਅਦ ਗੱਡੀਆਂ ਬੰਦ ਹੋ ਜਾਣੀਆਂ। ਇਹ ਚੰਗੀ ਗੱਲ ਹੈ ਵੀ ਸਰਕਾਰ ਨੇ ਬਹੁਤ ਵਧੀਆ ਸੋਚਿਆ ਕਿ ਬਿਮਾਰੀ ਜ਼ਿਆਦਾ ਨਾ ਫੈਲੇ, ਅਸੀਂ ਇਹਨਾਂ ਕਰਕੇ ਬਹੁਤ ਧੰਨਵਾਦ। ਗਰੀਬ ਲੋਕ ਸੀਗੇ ਜਿਵੇਂ ਹਾਕਰ ਹੈਗੇ ਜਾਂ ਹੋਰ ਹੈ, ਹਾਂਜੀ, ਰੋਜ਼ ਕਮਾ ਕੇ ਖਾਂਦੇ ਸੀ, ਇਹ ਜਿਹੜੇ ਹਾਕਰ ਹੈ ਜੀ, ਇਹਨਾਂ ਦਾ ਬਹੁਤ ਮੁਸ਼ਕਲ ਹੋ ਜੂਗਾ, ਜਿਨ੍ਹਾਂ ਨੇ ਰੋਜ਼ ਕਮਾਉਣਾ ਰੋਜ਼ ਖਾਣਾ, ਉਹਨਾਂ ਵਾਸਤੇ ਬਹੁਤ ਮੁਸ਼ਕਲ ਹੈ ਜੀ। ਰੋਜ਼ੀ ਰੋਟੀ ਉਹਨਾਂ ਦੀ ਵਾਜਾਂ ਮਾਰਦੇ ਆ, 10,000 ਰੁਪਏ ਇਕੱਠੇ ਕਰਦੇ ਆ, ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜੂਗਾ। ਦੂਸਰੇ ਪਾਸੇ ਅਗਰ ਰਿਕਸ਼ਾ ਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਵਾਇਰਸ ਕਾਰਨ ਆਪਣੇ ਘਰਾਂ ਨੂੰ ਨਹੀਂ ਛੱਡ ਰਹੇ। ਉਹਨਾਂ ਦਾ ਕਹਿਣਾ ਹੈ ਕਿ ਅੱਜ ਸਵੇਰ ਤੋਂ ਹੀ ਇੱਕ ਵੀ ਸਵਾਰੀ ਉਹਨਾਂ ਨੂੰ ਨਹੀਂ ਮਿਲੀ, ਜਿਸ ਦੇ ਚੱਲਦਿਆਂ ਅਜੇ ਤੱਕ ਉਹਨਾਂ ਦੀ ਬੋਣੀ ਤੱਕ ਨਹੀਂ ਹੋਈ। ਜਵਾਹਰ ਸਿੰਘ, ਰਿਕਸ਼ਾ ਚਲਾਉਣਾ ਜੀ, ਹਾਂਜੀ, ਕੀ ਕਹਿਣਾ ਗਾ, ਜਿਹੜਾ ਆਪਣੇ ਕੋਰੋਨਾ ਕਰਕੇ ਵੀ ਕੱਲ੍ਹ ਤੋਂ ਬੱਸਾਂ ਵੀ ਬੰਦ ਆ, ਹੋਰ ਵੀ ਟ੍ਰੈਫਿਕ ਬੰਦ ਆ, ਕਿਵੇਂ ਤੁਹਾਡਾ ਸਵਾਰੀਆਂ ਸਵਾਰੀਆਂ ਪੈ ਗਈਆਂ? ਸਵਾਰੀ ਸਵੇਰ ਦੇ ਜੀ ਅਸੀਂ ਖੜ੍ਹੇ ਹਾਂ ਜਿਵੇਂ ਖੜ੍ਹੇ ਹਾਂਗੇ, ਜਿਹੜਾ ਰੋਜ਼ਾਨਾ ਦੇ ਕਮਾਈ ਕਰਨ ਵਾਲਾ ਬਹੁਤ ਪਰੇਸ਼ਾਨ ਹੈ ਇਸ ਘਰ 'ਚ, ਅਤੇ ਕੋਰੋਨਾ ਦਾ ਜਿਹੜਾ ਹੈਗਾ ਗਾ, ਅਸੀਂ ਕਹਿੰਦੇ ਹੈਗੇ ਵੀ ਹਰ ਇੱਕ ਆਪਣਾ ਤਹਿਤ ਵਰਤੇ, ਜੋ ਵੀ ਸਰਕਾਰ ਕੋਈ ਕਦਮ ਚੱਕਦੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਬਿਮਾਰੀ ਨੂੰ ਆਪਾਂ ਤਾਕਤ ਦੇ ਨਾਲ ਹੱਲ ਕਰੀਏ। ਹਾਂਜੀ, ਰੁਜ਼ਗਾਰ, ਬੱਚਿਆਂ ਦਾ ਕਿਵੇਂ ਪਾਲਣ ਪੋਸ਼ਣ ਕਰ ਰਹੇ ਹੋਗੇ? ਇਹ ਤਾਂ ਜੀ ਹੁਣ ਪਰਮਾਤਮਾ ਦੇ ਸਾਰੇ ਆ, ਜੋ ਉਹਨੇ ਕਰਨਾ ਹਰ ਇੱਕ ਨੂੰ ਉਹਦੇ
ਸਾਰੇ ਆ। ਅੱਜ ਹਜੇ ਤੱਕ ਕੋਈ ਸਵਾਰੀ ਨਹੀਂ ਮਿਲੀ? ਨਹੀਂ ਜੀ। ਅਮਰ ਸਿੰਘ ਜੀ। ਹਾਂਜੀ, ਕੀ ਕੰਮ ਕਰਦੇ ਜੀ? ਰਿਕਸ਼ਾ ਚਲਾਉਂਦੇ ਹਾਂ ਜੀ। ਹਾਂਜੀ, ਕੀ ਕਹਿਣਾ ਗਾ ਜਿਹੜਾ ਅੱਜ ਕੋਈ ਸਵਾਰੀ ਨਹੀਂ ਦੱਸ ਰਹੇ ਪੈ ਰਹੇ? ਹਾਂਜੀ, ਅਜੇ ਤੱਕ ਮੈਂ 9 ਵਜੇ ਜਾ ਕੇ ਖੜਾ, ਅਜੇ ਤੱਕ ਬੋਹਣੀ ਨਹੀਂ ਹੋਈ ਸਾਡੀ ਤਾਂ, ਅਤੇ ਇਹਦੇ ਵਿੱਚ ਕੰਮ ਤਾਂ ਪਹਿਲਾਂ ਹੀ ਹੈ ਨਹੀਂ, ਸਾਡੇ ਰਿਕਸ਼ੇ 'ਤੇ ਤਾਂ ਪਹਿਲਾਂ ਹੀ ਨਹੀਂ ਕੋਈ ਬੈਠਦਾ, ਜੇ ਹੁਣ ਇਸ ਤਰ੍ਹਾਂ ਦੇ ਬਿਮਾਰੀ ਦੇ ਡਰਨ ਕਰਕੇ ਹੋਰ ਵੀ ਰਸ਼ ਘੱਟ ਗਿਆ ਤਾਂ ਸਾਡੇ ਤਾਂ ਰਿਕਸ਼ੇ 'ਤੇ ਜਮਾਂ ਹੀ ਨਹੀਂ ਕੋਈ ਬੈਠ ਰਿਹਾ। ਹਾਂ, ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ? ਰੋਜ਼ ਦੀ ਰੋਜ਼ ਕਮਾ ਕੇ ਖਵਾਉਣਾ ਸੀਗਾ ਬੱਚਾ? ਔਖਾ ਜੀ, ਬਹੁਤ ਔਖਾ। ਗੁਰਪਿਆਰਿਓ, ਇਸ ਵਾਇਰਸ ਦਾ ਅਸਰ ਚਾਈਨਾ ਵਿੱਚ ਅਤੇ ਇਟਲੀ ਵਿੱਚ ਦੇਖ ਕੇ ਹਰ ਕਿਸੇ ਦੇ ਅੰਦਰ ਇੱਕ ਖੌਫ ਬੈਠਿਆ ਹੈ ਕਿ ਇਸ ਵਾਇਰਸ ਤੋਂ ਬਚਿਆ ਜਾਵੇ, ਅਤੇ ਪੂਰੇ ਪੰਜਾਬ ਵਾਸਤੇ ਇਹ ਬਹੁਤ ਸੁੱਖ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਵਿੱਚ ਕੋਈ ਵੀ ਕੋਰੋਨਾ ਦਾ ਪੋਜ਼ਿਟਿਵ ਕੇਸ ਸਾਹਮਣੇ ਨਜ਼ਰ ਨਹੀਂ ਆਇਆ। ਬੇਸ਼ੱਕ ਕਈ ਇਲਾਕਿਆਂ ਦੇ ਵਿੱਚ ਕੁਝ ਸ਼ੱਕੀ ਮਰੀਜ਼ ਜ਼ਰੂਰ ਸਾਹਮਣੇ ਆਏ ਨੇ, ਅਤੇ ਉਹਨਾਂ ਦੀਆਂ ਰਿਪੋਰਟਾਂ ਵੀ ਕੁਝ ਸਮੇਂ ਦੇ ਵਿੱਚ ਸਾਹਮਣੇ ਆ ਜਾਣਗੀਆਂ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿੰਨੇ ਕੋਰੋਨਾ ਦੇ ਟੈਸਟ ਹੋਏ ਨੇ ਉਹ ਸਾਰੇ ਹੀ ਨੈਗੇਟਿਵ ਆਏ ਨੇ, ਅਤੇ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਆਈਸੋਲੇਸ਼ਨ ਸੈਂਟਰਸ ਦੇ ਵਿੱਚ ਰੱਖਿਆ ਵੀ ਗਿਆ ਹੈ, ਜਿਨ੍ਹਾਂ ਦੇ ਟੈਸਟ ਭੇਜੇ ਗਏ ਨੇ, ਉਹਨਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਹੀ ਹੋਣਗੀਆਂ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਂਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ।